ऋषभ मैं बोल रहा हूं नाना जी मैं ਤੁਹਾਨੂੰ ਕੁਛ ਤਾਂ ਡਿਸਕਸ਼ਨ ਕਰਨੀ ਹੈ ਸ਼ਰਤ ਇਹ ਹੈ ਕਿ ਕਿਸੇ ਨੂੰ ਦੱਸਣਾ ਨਹੀਂ ਡਿਸਕਲੋਜ਼ ਬਿਲਕੁਲ ਨਹੀਂ ਕਰਨਾ ਨਾ ਮਾਂ ਨੂੰ ਨਾ ਪਿਓ ਨੂੰ ਨਾ ਹੋਰ ਕਿਸੇ ਸਕੇ ਸਬੰਧੀ ਰਿਸ਼ਭ ਮੇਰਾ ਲੜਕੀ ਦਾ ਬੇਟਾ ਹੈ ਦੋਤਾ ਮੇਰਾ ਹੈ ਮੈਂ नाना जी ਕਰਕੇ ਉਹਨੇ ਬੁਲਾਇਆ ਤੇ ਮੈਂ ਤੇ 100% ਵਿਸ਼ਵਾਸ ਕੀਤਾ ਕਿ ਉਹ ਅੱਜਕੱਲ ਬਾਹਰ ਗਿਆ ਕੁਛ ਉਹਦੀ ਪ੍ਰੋਬਲਮ ਹੈਗੀ ਹੈ ਗ੍ਰੀਨ ਕਾਰਡ ਜਾਂ ਪੀਆਰਡੀ ਤੇ ਉਹਦੇ ਵਿੱਚ ਉਹ ਏਜੰਟ ਸੀ ਉਹਨੇ ਕਾਫੀ ਮਦਦ ਕੀਤੀ ਔਰ ਕਾਫੀ ਉਸ ਉਹ ਸਟ੍ਰੈਪ ਦੇ ਵਿੱਚ ਮੈਨੂੰ ਹਿਪਨੋਟਾਈਜ਼ ਹੋ ਗਿਆ ਮੈਂ ਕਿਸੇ ਨੂੰ ਡਿਸਕਲੋਜ਼ ਨਹੀਂ ਕੀਤਾ ਤੇ ਸਿਰਫ ਮੇਰੇ ਤੇ ਮੇਰੀ ਸਪਾਊਸ ਵਿੱਚ ਇਹ ਗੱਲ ਸੀਗੀ ਤੇ ਮੈਂ ਆਪਣਾ ਡਿਸੀਜਨ ਲਿਆ ਕਿ ਕੋਈ ਗੱਲ ਨਹੀਂ ਕ੍ਰਾਈਸਿਸ ਵਿੱਚ ਹੈ ਇਹ ਉਹਦੀ ਮਦਦਗਾਰ ਵੀ ਹੈ ਖਾਸ ਫਰੈਂਡ ਵੀ ਦੱਸਦਾ ਹੈ ਔਰ ਉਹਦੇ ਹਰ ਮੌਕੇ ਤੇ ਮੁਸ਼ਕਿਲ ਦੇ ਵਿੱਚ ਉਸ ਦੇ ਪ੍ਰੋਬਲਮਸ ਨੂੰ ਹੱਲ ਕਰਨ ਦੇ ਵਿੱਚ ਉਹ ਰਨਰ ਇਹ ਇੱਕ ਤਾਂ ਟ੍ਰਾਂਜੈਕਸ਼ਨ ਜਿਹੜੀ ਹੈ 19 ਤਾਰੀਖ ਨੂੰ ਹੋਈ ਹੈ ਇਹ ਲਾਟੂ যাদਬ ਦੇ ਨਾਂ ਤੇ ਤੇ ਦੂਸਰੀ ਜਿਹੜੀ ਹੈ ਉਹ ਉਹ ਵੀ ਲਾਟੂ যাদਬ ਦੇ ਨਾਂ ਤੇ 20 ਤਰੀਖ ਨੂੰ ਦੇਸ ਬੀਰ ਦੋਸ ਬੀਏ ਤੁਸੀਂ ਸਾਰੇ ਅਕਾਊਂਟ ਸਟੇਟਮੈਂਟ ਦੇਖ ਲੋਗੇ ਉਹਨੇ ਦੇਖਿਆ ਅਗਲੇ ਅਕਾਊਂਟ ਜਿੱਥੇ ਪੈਸੇ ਗਏ ਹੈ ਉਹ ਤਾਂ ਵੀ ਨਿਕਲ ਚੁੱਕੇ ਹੈ ਤਾਂ ਬੇਸਿਕਲੀ ਉਹ ਸਾਰਾ ਕੁਝ ਮਿਲਿਆ ਹੀ ਹੁੰਦਾ ਜਿੱਦਾਂ ਇਸ ਉੱਥੇ ਪਹੁੰਚੇ ਉਹਨਾਂ ਨੇ ਅੱਗੇ ਕੱਢ ਤੇ ਇਸ ਸਾਰੇ ਇੰਟਰੈਕਸ਼ਨ ਦੇ ਵਿੱਚ ਇੱਕ ਚੀਜ਼ ਤੇ ਕਲੀਅਰ ਹੋਏਗੀ ਉੱਥੇ ਹਰ ਬੰਦਾ ਤਕਰੀਬਨ ਸਾਈਬਰ ਸੈਲਨ ਪੁਲਿਸ ਆਫਿਸਿਸ ਚੇਕ ਕਰ ਰਿਹਾ ਸੱਚ ਜਾਰਖੰਡ ਦਾ ਅਕਾਊਂਟ ਹੈ ਜਾਰਖੰਡ ਦੇ ਅਕਾਊਂਟ ਹੈ ਬਾਈ ਚਾਂਸ ਬਾਈ ਦਾ ਵੇ ਜਿਹੜੇ ਜਿੱਥੇ ਪੈਸਾ ਗਿਆ ਕਿ ਇੱਥੇ ਤਾਂ ਜਾਰਖੰਡ ਦੇ ਅਕਾਊਂਟ ਦੇ ਵਿੱਚ ਇਹ ਚੱਲਦਾ ਹੈ ਉਥੋਂ ਪੈਸੇ ਮੁਸ਼ਕਲ ਨਾਲ ਹੀ ਵਾਪਸ ਆਉਂਦੇ ਆ ਉਹ ਅਕਾਊਂਟ ਜਿਹਨਾਂ ਦਾ ਹੁੰਦਾ ਉਹਨਾਂ ਕੋਲ ਪੈਸੇ ਹੁੰਦੇ ਹੀ ਨਹੀਂ ਹੈ ਉਹ ਰੋਡ ਸਾਈਡ ਡਿਵੈਲਰਸ ਐ ਐਟ ਸੈਟਰਾ ਐਟ ਸੈਟਰਾ ਕਾਫੀ ਹੈਲਪਲੈਸਨੈਸ ਦਿਖੀ ਕਿ ਇਹ ਗਏ ਤਾਂ ਉਥੋਂ ਰਿਕਵਰ ਨਹੀਂ ਹੋਣੇ ਕਿਉਂਕਿ ਜਿਹੜਾ ਪੈਸੇ ਜਿਹੜਾ ਨੈਕਸਸ ਹੈ ਉਹ ਕੋਈ ਹੋਰ ਹੈ ਸਸੀ ਗੱਲ ਜੀ ਮੈਂ ਹਾਂ ਅਭਿਸ਼ਕ ਮੈਨਰੋ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ 2019 ਦੇ ਵਿੱਚ ਇੱਕ ਵੈਬ ਸੀਰੀਜ਼ ਆਈ ਸੀ ਜਮਤਾਰਾ ਜਿਸ ਦੇ ਵਿੱਚ ਦਿਖਾਇਆ ਜਾਂਦਾ ਕਿਵੇਂ ਆਨਲਾਈਨ ਫਰੋਡ ਕੀਤਾ ਜਾਂਦਾ ਹੈ ਕਿਸ ਤਰ੍ਹਾਂ ਇੱਕ ਆਮ ਜਿਹੜੇ ਲੋਕ ਨੇ ਆਮ ਜਨਤਾ ਹੈ ਉਹਨੂੰ ਕਿਸ ਤਰ੍ਹਾਂ ਇੱਕ ਟਰੈਪ ਦੇ ਵਿੱਚ ਫਸਾ ਕੇ ਮਿੱਠੀ ਗੱਲਾਂ ਕਰਕੇ ਠੱਗੀ ਮਾਰੀ ਜਾਂਦੀ ਹੈ ਲੱਖਾਂ ਦੇ ਵਿੱਚ ਠੱਗੀ ਮਾਰੀ ਜਾਂਦੀ ਹੈ ਇੱਕ ਚੀਜ਼ ਹੋਰ ਵੀ ਤੁਹਾਨੂੰ ਦੱਸ ਦਈਏ ਵੀ ਬੈਂਕ ਵਾਲੇ ਜਿਹੜੇ ਹੁੰਦੇ ਨੇ ਕਹਿੰਦੇ ਨੇ ਵੀ ਕਿਸੇ ਨੂੰ ਆਪਣਾ OTP ਨੰਬਰ ਨਾ ਦੋ ਜੇ OTP ਨੰਬਰ ਦਵੋ ਤਾਂ ਕਿਤਨਾ ਕੀਤੇ ਨੈਕਸਸ ਦੇ ਵਿੱਚ ਆਪਾਂ ਫਸਦੇ ਹਾਂ ਠੱਗੀ ਹੁੰਦੀ ਹੈ ਇਸੇ ਤਰ੍ਹਾਂ ਦਾ ਇਸੇ ਤਰ੍ਹਾਂ ਠੱਗੀ ਦੇ ਵਿੱਚ ਫਸੇ ਨੇ ਮੁਹਾਲੀ ਦਾ ਇੱਕ ਪਰਿਵਾਰ ਹੈ ਆ ਵਾਲੀਆ ਉਹਨਾਂ ਨਾਲ ਗੱਲਬਾਤ ਕਰਾਂਗੇ ਆ ਸਰ ਕੀ ਨਾਮ ਹੈ ਪਹਿਲਾ ਪੂਰਾ ਨਾਮ ਦੱਸੋ ਮੇਰਾ ਨਾਮ ਜੀ ਸਰਵੇਸ਼ਵਰ ਸਿੰਘ ਵਾਲੀਆ ਵਾਲੀਆ ਸਰ ਕੀ ਹੋਇਆ ਜੀ ਜਿਹੜੀ ਇਹ ਠੱਗੀ ਦਾ ਸ਼ਿਕਾਰ ਹੋਇਓ ਪੂਰੀ ਗੱਲ ਦੱਸੂਗਾ ਵੀ ਕਿਸ ਤਰ੍ਹਾਂ ਫੋਨ ਆਂਦਾ ਹੈ ਕਿਸ ਤਰ੍ਹਾਂ ਗੱਲਬਾਤ ਹੁੰਦੀ ਹੈ ਕੀ ਕੁਝ ਕਿਹਾ ਜਾਂਦਾ ਉਹਨਾਂ ਵੱਲੋਂ ਇਹ 19 ਤਰੀਕ ਨੂੰ ਜੀ 10:30 ਵਜੇ ਫੋਨ ਆਂਦਾ ਹੈ ਰਿਸ਼ਵ ਮੈਂ ਬੋਲ ਰਿਹਾ ਨਾਨਾ ਜੀ ਮੈਂ ਤੁਹਾਨੂੰ ਕੁਝ ट्रांजैक्शन ਕਰਨੀ ਹੈ ਸ਼ਰਤ ਇਹ ਹੈ ਕਿ ਕਿਸੇ ਨੂੰ ਦੱਸਣਾ ਨਹੀਂ ਡਿਸਕਲੋਜ਼ ਬਿਲਕੁਲ ਨਹੀਂ ਕਰਨਾ ਨਾ ਮਾਂ ਨੂੰ ਨਾ ਪਿਓ ਨੂੰ ਨਾ ਹੋਰ ਕਿਸੇ ਸਕੇ ਸਬੰਧੀ ਨੂੰ ਔਰ ਉਹ ਉਸ ਦੇ ਬਾਅਦ ਕਹਿੰਦਾ ਹੈ ਕਿ ਇਹ ਮੇਰਾ ਦੋਸਤ ਹੈ ਲट्टू ਜਦਵ ਉਹ ਅਸਲੇ ਬਹੁਤ ਹੀ ਮੁਸੀਬਤ 'ਚ ਹੈ ਉਹਦੀ ਵਾਈਫ ਆਈਸੀਯੂ 'ਚ ਹੈ ਉਹਦਾ ਹਾਰਟ ਦਾ ਆਪਰੇਸ਼ਨ ਹੋਣਾ ਹੈ ਪੈਸੇ ਦੀ ਸਖਤ ਜ਼ਰੂਰਤ ਹੈ ਮੈਂ ਤੁਹਾਨੂੰ 15 ਲੱਖ ਰੁਪਏ ਭੇਜ ਰਿਹਾ ਹਾਂ ਬਲਕੇ ਭੇਜ ਦਿੱਤੇ ਐ ਪਰ ਥੋੜੇ ਲੇਟ ਮਿਲਣਗੇ ਤੇ ਅੱਜ ਮੈਨੂੰ ਤੁਸੀਂ ਜਿਸ ਤਰ੍ਹਾਂ ਵੀ ਹੋ ਮੇਰੇ ਤਾਂ ਤੁਸੀਂ ਰક્ષਕ ਹੋ ਮੇਰੇ ਸਹਾਇਕ ਹੋ ਤੇ ਦਇਆ ਪਾਤਰ ਵੀ ਹੋ ਜਿਸ ਤਰ੍ਹਾਂ ਵੀ ਹੈ ਤੁਸੀਂ ਅੱਜ ਮੈਨੂੰ ਪੈਸੇ ਭਜਵਾ ਦਿਓ ਤੇ ਹੁਣੇ ਜਲਦੀ ਕਰੋ ਤੇ ਬੈਂਕ ਦੇ ਥਰੂ ਮੈਨੂੰ ਭਜਵਾ ਜੋ ਜੋ ਗੱਲ ਕਿਤੇ ਰਿਸ਼ਵ ਨਾਮ ਰਿਸ਼ਵ ਲੱਤੈ ਰਿਸ਼ਵ ਕੌਣ ਹੈ ਪਹਿਲਾਂ ਉਹ ਦੱਸਿਓ ਰਿਸ਼ਵ ਮੇਰਾ ਲੜਕੀ ਦਾ ਬੇਟਾ ਹੈ ਦੋਤਾ ਮੇਰਾ ਮੈਂ ਨਾਨਾ ਜੀ ਕਰਕੇ ਉਹਨੇ ਪਾਲਾਇਆ ਤੇ ਮੈਂ 100% ਵਿਸ਼ਵਾਸ ਕੀਤਾ ਇਹ ਅੱਜਕਲ ਬਾਹਰ ਗਿਆ ਕੁਛ ਉਹਦੀ ਪ੍ਰੋਬਲਮ ਹੈਗੀ ਹੈ ਗ੍ਰੀਨ ਕਾਰਡ ਜਾਂ ਪੀਆਰ ਦੀ ਤੇ ਉਹਦੇ ਵਿੱਚ ਉਹ ਏਜੰਟ ਸੀ ਉਹਨੇ ਕਾਫੀ ਮਦਦ ਕੀਤੀ ਔਰ ਕਾਫੀ ਉਹਦਾ ਕਲੋਜ਼ ਹੈ ਔਰ ਉਸਨੇ ਉਨੂੰ ਉਧਾਰ ਪੈਸੇ ਵੀ ਦਿੱਤੇ ਹੋਏ ਮੇਰੇ ਦੋਤੇ ਨੂੰ ਕਿ ਉਹ ਕਹਿੰਦਾ ਮੈਂ ਉਹਦੇ ਪੈਸੇ ਦੇਣੇ ਆ ਇੱਕ ਕਿਸਮ ਦੀ ਉਹਦੀ ਹੈਲਪ ਮੌਕੇ ਤੇ ਮੇਰੀ ਵੱਲੋਂ ਤੇ ਤੁਹਾਡੇ ਵੱਲੋਂ ਜ਼ਿਆਦਾ ਹੋਏਗੀ ਤੇ ਇਸ ਕਰਕੇ ਪੈਸੇ ਤੁਹਾਨੂੰ ਮਿਲ ਜਾਣੇ ਆ ਤੇ ਉਹ 24 ਘੰਟੇ ਬਾਅਦ ਮਿਲਨੇ ਆ ਤੁਸੀਂ ਅੱਜ ਹੀ ਪੈਸੇ ਜਿਸ ਤਰ੍ਹਾਂ ਵੀ ਹੋ ਸਕਦਾ ਨਾ ਤਾਂ ਮੈਂ ਮਿਹਨਤ ਕਰਦਾ ਮੇਰੇ ਤੁਸੀਂ ਸਭ ਕੁਝ ਹੋ ਤੇ ਹੁਣ ਅੱਜ ਐਸਲੇ ਉਹਦੀ ਫੈਮਿਲੀ ਤੇ ਕ੍ਰਾਈਸਿਸ ਆਈ ਹੈ ਉਹ ਦੀ ਤੁਸੀ ਮਦਦ ਕਰੋ ਮੈਂ ਮਿੱਠੀ ਗੱਲਾਂ ਕਰਕੇ ਫਸਾਉਣ ਦੀ ਕੋਸ਼ਿਸ਼ ਕੀਤੀ ਮਗਰ 트ੈਪ ਪੂਰਾ ਕੀ ਲੱਗੇ ਬਿਲਕੁਲ ਸੋ ਉਸ 트ੈਪ ਦੇ ਵਿੱਚ ਮੈਂ ਨੂੰ ਹਿਪਨੋਟਾਈਜ਼ ਹੋ ਗਿਆ ਮੈਂ ਕਿਸੇ ਨੂੰ ਡਿਸਕਲੋਜ਼ ਨਹੀਂ ਕੀਤਾ ਤੇ ਸਿਰਫ ਮੇਰੇ ਤੇ ਮੇਰੀ ਸਪਾਊਸ ਵਿੱਚ ਇਹ ਗੱਲ ਸੀਗੀ ਤੇ ਮੈਂ ਆਪਣਾ ਡਿਸੀਜਨ ਲਿਆ ਕਿ ਕੋਈ ਗੱਲ ਨਹੀਂ ਕ੍ਰਾਈਸਿਸ ਵਿੱਚ ਹੈ ਇਹ ਉਹਦੀ ਮਦਦਗਾਰ ਵੀ ਹੈ ਖਾਸ ਫਰੈਂਡ ਵੀ ਦੱਸਦਾ ਹੈ ਔਰ ਉਹਦੇ ਹਰ ਮੌਕੇ ਤੇ ਮੁਸ਼ਕਲ ਦੇ ਵਿੱਚ ਉਸ ਦੇ ਪ੍ਰੋਬਲਮਸ ਨੂੰ ਹੱਲ ਕਰਨ ਦੇ ਵਿੱਚ ਉਹ ਫੋਰ ਰਨਰ ਹੈ ਤੇ ਉਹਨੇ ਕੀਤਾ ਵੀ ਐ ਐਸਾ ਔਰ ਹੁਣ ਵੀ ਉਹਦੀ ਲੋੜ ਹੈ ਤੇ ਹੁਣ ਮੈਂ ਉਹਦੇ ਮੌਕੇ ਦੇ ਉੱਤੇ ਜੇ ਮੈਂ ਨਾ ਉਹਨੂੰ ਮੌਕੇ ਤੇ ਮਦਦ ਕਰ ਸਕਾਂ ਜਦ ਕਿ ਮੈਂ ਵੀ ਉਹਦੇ ਕੋਲੋਂ ਕਰਜ਼ਾ ਲਿਆ ਹੋਇਆ ਮੈਂ ਉਹਦੇ ਮੂੜ ਨੇ ਤੇ ਹੁਣ ਇਸ ਤਰ੍ਹਾਂ ਨਾਲ ਉਹਦੀ ਮੌਕੇ ਤੇ ਮਦਦ ਹੋ ਜਾਏਗੀ ਸੋ ਮੈਂ ਫਿਰ ਉਸ ਚਾਂਸੇ ਚ ਆ ਗਿਆ ਬੈਂਕ ਤੋਂ ਜਾ ਕੇ ਮੈਂ ਲਾਟੂ ਯਾਦਵ ਨਾਂ ਦਾ ਤੇ ਉਹਦਾ ਜਿਹੜਾ ਅਕਾਊਂਟ ਉਹਨੇ ਭੇਜਿਆ ਉਸ ਤੇ ਮੈਂ ਵਾਊਚਰ ਕੱਟ ਕੇ ਤੇ ਜਿੱਤਾ ਕਿੰਨੀ ਤਰੀਕ ਨੂੰ ਫੋਨ ਆਂਦਾ ਤੇ ਕਿਹੜੀ ਤਰੀਕ ਨੂੰ ਪਹਿਲੀ ट्रांजैक्शन ਹੁੰਦੀ ਹੈ ਇਹ ਪਹਿਲੀ ਜੀ 19 ਹੁੰਦੀ ਹੈ 19 ਨੂੰ ਪਹਿਲੀ ट्रांजैक्शन ਹੁੰਦੀ ਹੈ ਜਿਹੜੀ ਮੈਂ ਦੱਸੀ ਹੈ ਤੇ ਅਗਲੀ ट्रांजैक्शन ਕਦੋਂ ਹੁੰਦੀ ਹੈ ਅਗਲੀ ਟ੍ਰਾਂਜੈਕਸ਼ਨ ਜਿਹੜੀ ਉਹ ਨੈਕਸਟ ਡੇ 20 ਨੂੰ ਹੁੰਦੀ ਹੈ ਔਰ ਉਹ ਵੀ ਇਸ ਤਰ੍ਹਾਂ ਹੈ ਕਿ ਜਿਹੜਾ ਪਹਿਲੇ ਹਸਪੀਟਲ ਸੀਗਾ ਜਿੱਥੇ ਉਹ ਐਡਮਿਟ ਸੀ ਉਹਦੀ ਵਾਈਫ ਹੈ ਉਸ ਟ੍ਰੈਵਲ ਏਜੰਟ ਦੀ ਤੇ ਉਹਨਾਂ ਨੇ ਜਵਾਬ ਦੇ ਦਿੱਤਾ ਹੁਣ ਉਹਨੂੰ ਨੈਕਸਟ ਹਸਪੀਟਲ ਚ ਮੈਂ ਲੈ ਕੇ ਗਿਆ ਤੇ ਉੱਥੇ ਉਹਨਾਂ ਨੂੰ ਪੈਸੀ ਦੀ ਬੜੀ ਸਖਤ ਜ਼ਰੂਰਤ ਹੈ ਤੇ ਉਹ ਹੁਣ ਮੌਕੇ ਤੇ ਦੇ ਦੇਣਗੇ ਤੇ ਤੁਸੀਂ ਹੁਣੇ 3 3 ਲੱਖ ਦੇ ਇੱਕ ਲਾਟੂ ਜਦਬ ਦੇ ਨਾਂ ਤੇ ਇੱਕ ਪਰਵੀਨ ਕੁਮਾਰ ਸ਼ਰਮਾ ਉਹ ਡਾਕਟਰ ਬਤਾਇਆ ਜਾਂਦਾ ਕਿ ਉਹ ਡਾਕਟਰ ਹੈ ਤੇ ਉਸ ਦੇ ਨਾਂ ਤੇ ਭੇਜ ਦਿਓ ਜਿਹੜੀ ਸਿਪਟ ਨੂੰ ਦਿਖਾਉਂਗੇ ਯਾਰ ਇੱਕ ਵਾਰੀ ਕੈਮਰੇ ਵਿੱਚ ਵੀ ਕਿੰਨੀਆਂ ट्रांजੈਕਸ਼ਨਾਂ ਹੋਈਆਂ ਤੇ ਕਿੰਨੇ-ਕਿੰਨੇ ਲੱਖ ਦੀਆਂ ਹੋਈਆਂ ਸੀਗੀਆਂ ਇਹ ਇੱਕ ਤਾਂ ट्रांजੈਕਸ਼ਨ ਜਿਹੜੀ ਹੈ 19 ਤਾਰੀਖ ਨੂੰ ਹੋਈ ਹੈ ਇਹ ਲਾਟੂ যাদਬ ਦੇ ਨਾਂ ਤੇ ਤੇ ਦੂਸਰੀ ਜਿਹੜੀ ਹੈ ਉਹ ਉਹ ਵੀ ਲਾਟੂ যাদਬ ਦੇ ਨਾਂ ਤੇ 20 ਤਰੀਖ ਨੂੰ 3 ਲੱਖ ਦੀ ਤੇ ਤੀਜੀ ट्रांजैक्शन ਕਦੋਂ ਹੁੰਦੀ ਆ ਤੀਸਰੀ ट्रांजैक्शन ਜਿਹੜੀ ਹੈ ਉਹ ਵੀ ਉਸੇ ਦਿਨ ਐਟ ਅ ਟਾਈਮ ਹੋਈ ਹੈ ਸੇਮ ਬੈਂਕ ਵਿੱਚ ਐਸਬੀਆਈ ਤੋਂ ਐਸਬੀਆਈ ਉਹ ਹੈ ਪ੍ਰਵੀਨ ਕੁਮਾਰ ਸ਼ਰਮਾ ਜਿਹੜਾ ਡਾਕਟਰ ਡਾਕਟਰ ਦੱਸਿਆ ਗਿਆ ਹਾਂ ਸਰ ਜਦੋਂ ਇਹ ਸਾਰਾ ਕੁਝ ਤਾਮਜਮ ਹੁੰਦਾ ਜਦੋਂ ਇਹ ਫਰੋਡ ਕੀਤਾ ਜਾ ਰਿਹਾ ਹੁੰਦਾ ਹੈ ਤਾਨੂੰ ਕਿਸ ਤਰ੍ਹਾਂ پتہ ਚੱਲਦਾ ਤੁਹਾਡੇ ਫਾਦਰ ਨੇ ਰਿਲੇਸ਼ਨ ਦੇ ਵਿੱਚ ਤੁਹਾਨੂੰ ਕਿਵੇਂ پتہ ਚੱਲਦਾ ਵੀ ਇਹ ਸਾਰਾ ਕੁਝ ਹੋਇਆ ਹੈ ਕਦੋਂ ਗੱਲ ਹੁੰਦੀ ਹੈ ਫਾਦਰ ਸਾਹਿਬ ਨਾਲ ਕਦੋਂ ਇਹ ਸਾਰਾ ਕੁਝ ਹੁੰਦਾ ਹੈ ਇਹਨਾਂ ਦੇ ਨਾਲ ਜਿਹੜਾ ਇਹ ਸਾਰਾ ਐਪੀਸੋਡ ਹੋਇਆ ਹੈ ਇਹ 19 ਨੂੰ ਤੇ 20 ਨੂੰ ਹੋਇਆ 19 ਨੂੰ 4 ਲੱਖ 20 ਨੂੰ ਦੋ ट्रांजੈਕਸ਼ਨਸ ਐਟ ਦ ਸੇਮ ਟਾਈਮ 3+3 ਟੋਟਲ 10 ਲੱਖ ਉਸ ਤੋਂ ਬਾਅਦ ਜਦੋਂ ਇਹ ਘਰ ਵਾਪਸ ਆਂਦੇ ਇਹਨਾਂ ਨੂੰ 4 ਲੱਖ ਦੀ ਹੋਰ ਆ ਜਾਂਦੀ ਹੈ ਕਾਲ ਫਿਰ ਇਹਨਾਂ ਨੂੰ ਲੱਗਦਾ ਓਬਵੀਅਸਲੀ ਮਦਰ ਕਹਿ ਵੀ ਰਹੀ ਸੀ ਪਹਿਲੇ ਵੀ ਕਹਿ ਰਹੀ ਸੀ ਇੱਕ ਵਾਰੀ ਪੁੱਛ ਲਓ ਬੱਚਿਆਂ ਨੂੰ ਪੁੱਛ ਲਓ ਇਹ ਹੈ ਕਿ ਇੰਨੀ ट्रांजੈਕਸ਼ਨਸ ਕਦੇ ਕੀਤੀ ਨਹੀਂ ਕੋ ਕੋਈ ਇਦਾਂ ਦੀ ਟ੍ਰਾਂਜੈਕਸ਼ਨਸ ਵਾਲਾ ਖੇលਿਆ ਨਹੀਂ ਕੋਈ ਕਹਾਨੀ ਪਈ ਨਹੀਂ ਕਦੇ ਹੁਣ ਫਿਰ ਇਹਨੂੰ ਲੱਗਦਾ ਕਿ ਮੈਂ ਫੋਨ ਕਰਦਾ ਪੁੱਛਦਾ ਫਿਰ ਇਹਨੂੰ ਫੋਨ ਆਇਆ ਮੇਰਾ ਮੈਂ ਇੱਥੇ ਮੁਹੱਲੀ ਸੀਗਾ ਤੇ ਕੁਝ ਇਦਾਂ ਹੋਇਆ ਮੈਂ ਕਹਿੰਦਾ ਫਰਾਡ ਹੋ ਗਿਆ ਮੈਂ ਆ ਰਿਹਾ ਇਮੀਡੀਏਟਲੀ ਹਾਫ ਅਨ ਆਰ ਦੇ ਵਿੱਚ ਮੈਂ ਇੱਥੇ ਆ ਗਿਆ ਅਸੀਂ ਮੈਨੂੰ ਲੱਗਦਾ ਬੈਂਕ ਪਹੁੰਚ ਗਏ 3:30-4:00 ਵਜੇ ਆਫਟਰਨੂਨ ਤੇ ਉਹਨਾਂ ਕੋਲੋਂ ਚੈੱਕ ਕਰਾਇਆ ਕਿ ਕਿਹੜੇ ਅਕਾਊਂਟਸ ਗਏ ਤੇ SBI ਤੋਂ SBI ਤੋਂ ਇਹ ਸਾਰੇ ਅਕਾਊਂਟ ਸਟੇਟਮੈਂਟ ਦੇਖ ਲਓਗੇ ਉਹਨੇ ਦੇਖਿਆ ਅਗਲੇ ਅਕਾਊਂਟਸ ਜਿੱਥੇ ਪੈਸੇ ਗਏ ਹੈ ਉਹ ਤੋਂ ਵੀ ਨਿਕਲ ਸੋ ਬੇਸਿਕਲੀ ਉਹ ਸਾਰਾ ਕੁਝ ਮਿਲਿਆ ਹੀ ਹੁੰਦਾ ਜਿੱਦਾਂ ਹੀ ਉੱਥੇ ਪਹੁੰਚੇ ਉਹਨਾਂ ਨੇ ਅੱਗੇ ਕੱਢ ਤੇ ਕੁਝ ਤਿੰਨ ਤਿੰਨ ट्रांजैक्शन ਹੋਈਆਂ ਤੇ ਚੌਥੀ ਉਹ ਫਰਾਗ ਦੇ ਸੀਗੇ ਵੀ ਇੱਕ ਹੋਰ ਟ੍ਰਾਂਸਫਰ ਹਾਂ ਚੌਥੀ ਹੋਰ ਲੈਣਾ ਚਾਹੁੰਦੇ ਉਹਨੂੰ ਤਾਂ ਲੱਗ ਰਿਹਾ ਸੀ ਵੀ ਇਹ ਤੇ ਆਰੇ ਲੱਖਾਂ ਰੁਪਏ ਕੋਈ ਚੱਕਰ ਹੀ ਨਹੀਂ ਹੈ ਤੇ ਪਰ ਉਹ ਫਿਰ ਜਦੋਂ ਦੇਖ ਲਿਆ ਸੀ ਬੈਂਕ ਜਾ ਕੇ ਕਿ ਅੱਗੇ ਤਾਂ ਹੈ ਨਹੀਂ ਹੁਣ ਕੁਝ ਵੀ ਉਹ ਕਹਿੰਦੇ ਜੀ ਅਸੀਂ ਤਾਂ ਹੁਣ ਕੁਝ ਨਹੀਂ ਕਰਨਾ ਤੁਸੀਂ ਐਸਐਸਪੀ ਆਫਿਸ ਸਾਈਬਰ ਸੈੱਲ ਵਗੈਰਾ ਜਾਓ ਫਿਰ ਆਪਾਂ ਮੈਂ ਵੀ ਜਿੱਥੇ ਜਿੱਥੇ ਮੇਰੇ ਨਾਲ ਇਦਾਂ ਕੋਈ ਕਲਾਸਮੇਟ ਹੈ ਉਹ ਪੁਲਿਸ ਦੇ ਸੀਨੀਅਰ ਅਫੀਸ਼ਰ ਅਫੀਸ਼ੀਅਲਸ ਹੈਗੇ ਪੰਜਾਬ ਚ ਉਹਨਾਂ ਕੋਲੋਂ ਪੁੱਛਿਆ ਐਸਐਸਪੀ ਆਫਿਸ ਚਲੇ ਗਏ ਸੇਮ ਡੇ ਐਸਐਸਪੀ ਆਫਿਸ ਚਲੇ ਗਏ ਆਪਣਾ ਕੰਪਲੇਂਟ ਬਗੈਦਾ ਦੋ ਪੇਜਾਂ ਦੀ ਉੱਥੇ ਐਸਐਸਪੀ ਸਾਹਿਬ ਨੂੰ ਦੇ ਦਿੱਤੀ ਜਿਹੜੀ ਕਿ ਸਾਈਬਰ ਸੈੱਲ ਨੂੰ ਉਹਨਾਂ ਨੇ ਮਾਰਕ ਕਰ ਦਿੱਤੀ ਨੈਕਸਟ ਡੇ ਮੇਰਾ ਸਾਰਾ ਦਿਨ ਸਾਈਬਰ ਸੈੱਲ ਦੇ ਆਫਿਸਿਸ ਚ ਨਿਕਲਿਆ ਸਟੇਟ ਲੈਵਲ ਵਾਲੇ ਤੇ ਚ ਵੀ ਔਰ ਐਸਐਸਪੀ ਆਫਿਸ ਵਾਲੇ ਚ ਵੀ ਉੱਥੇ ਨਿਕਲਿਆ ਸਾਰਾ ਆਨਲਾਈਨ ਇਹਨਾਂ ਦਾ ਜਿਹੜਾ ਸਾਈਬਰ ਸੈੱਲ ਦਾ ਉਹਦਾ ਵੀ ਅਸੀਂ ਕੰਪਲੇਂਟ ਕਰ ਦਿੱਤੀ ਇਹ ਸਾਰੇ ਇੰਟਰੈਕਸ਼ਨ ਦੇ ਇੱਕ ਚੀਜ਼ ਤੇ ਕਲੀਅਰ ਹੋਏਗੀ ਉੱਥੇ ਹਰ ਬੰਦਾ ਤਕਰੀਬਨ ਸਾਈਬਰ ਸੈਲਨ ਪੁਲਿਸ ਆਫਿਸਿਸ ਚ ਜਾ ਕਰ ਰਿਹਾ ਸੱਚ ਜਾਰਖੰਡ ਦਾ ਅਕਾਊਂਟ ਹੈ ਜਾਰਖੰਡ ਦੇ ਅਕਾਊਂਟ ਹੈ ਬਾਈ ਚਾਂਸ ਬਾਈ ਦਾ ਵੇ ਜਿਹੜੇ ਜਿੱਥੇ ਪੈਸਾ ਗਿਆ ਕਿ ਇੱਥੇ ਤਾਂ ਜਾਰਖੰਡ ਦੇ ਅਕਾਊਂਟ ਦੇ ਵਿੱਚ ਇਹ ਚੱਲਦਾ ਹੈ ਉੱਥੋਂ ਪੈਸੇ ਮੁਸ਼ਕਲ ਨਾਲ ਹੀ ਵਾਪਸ ਆਉਂਦੇ ਹੈ ਉਹ ਅਕਾਊਂਟ ਜਿਨ੍ਹਾਂ ਦਾ ਹੁੰਦਾ ਉਹਨਾਂ ਕੋਲ ਪੈਸੇ ਹੁੰਦੇ ਹੀ ਨਹੀਂ ਹੈ ਉਹ ਰੋਡ ਸਾਈਡ ਡਿਵੈਲਰਸ ਹੈ ਐਟ ਸੈਟਰਾ ਐਟ ਸੈਟਰਾ ਕਾਫੀ ਹੈਲਪਲੈਸਨੈਸ ਦਿਖੀ ਕਿ ਇਹ ਗਏ ਤਾਂ ਉੱਥੋਂ ਰਿਕਵਰ ਨਹੀਂ ਹੋਣੇ ਕਿਉਂਕਿ ਜਿਹੜਾ ਪੈਸੇ ਜਿਹੜਾ ਨੈ ਬਹੁਤ ਹੀ ਗਰੀਬ ਬੰਦਿਆਂ ਦੇ ਅਕਾਊਂਟ ਨੂੰ ਯੂਜ਼ ਕੀਤਾ ਜਾ ਰਿਹਾ ਹੈ ਬਟ ਅਗਰ 에ਸੀ ਚੀਜ਼ ਐਨੀ ਪ੍ਰੇਵਲੈਂਟ ਹੈ ਔਰ ਸਾਨੂੰ ਪਤਾ ਹੈ ਕਿ ਇਦਾਂ ਹੋ ਰਿਹਾ ਹੈ ਪ੍ਰੋਬੇਬਲੀ ਵੀ ਆਰ ਲੈਟਿੰਗ ਇਟ ਹੈਪਨ ਇਟਸ ਅ ਕੰਪਲੀਟ ਗਵਰਨੈਂਸ ਫੇਲਯਰ ਔਨ ਦਾ ਪਾਰਟ ਆਫ ਨਾਟ ਓਨਲੀ ਔਨ ਦਾ ਗਵਰਨਮੈਂਟ ਪਲਸ ਬਟ ਅਥਾਰਟिटीज ਪੁਲਿਸ ਸਾਈਬਰ ਸੈੱਲ ਮੈਨੂੰ ਲੱਗਦਾ ਹੈ ਕਿ ਇਦਾਂ ਦੇ ਨੈਕਸਸ ਨੂੰ ਤੋੜਨਾ ਇੰਨਾ ਮੁਸ਼ਕਿਲ ਨਹੀਂ ਹੋਣਾ ਚਾਹੀਦਾ ਕੋਈ ਬਹੁਤ ਅਸੀ ਤਾਂ ਮਤਲਬ ਇੰਡੀਆ ਐਜ਼ ਅ ਕੰਟਰੀ ਐਨ ਨਾ ਡਿਵੈਲਪਿੰਗ ਕੰਟਰੀ ਐਨ ਨਾ ਸਟਰੋਂਗ ਕੰਟਰੀ ਐ ਵਰਲਡ ਦਾ ਨਾਮ ਐ ਵੈਰੀ ਸਟਰੋਂਗ ਇਕਨੋਮਿਕ ਕੰਡੀਸ਼ਨਸ ਐ ਅੱਗੇ ਫਿਊਚਰ ਬਹੁਤ ਐ ਐਦਾਂ ਕੰਟਰੀ ਸਰਵਾਈਵ ਕਰੇਗਾ ਕਿ ਤੁਸੀਂ ਹੈਲਪਲੈਸਨੈਸ ਕਰ ਰਹੇ ਹੋ ਕਿ ਲੱਖਾਂ ਦੇ ਫਰਾਡ ਲਈ ਟ੍ਰੇਸ ਕਰਨਾ ਉਹਨੂੰ ਫੜਨਾ ਹੈਲਪਲੈਸਨੈਸ ਦਿਖ ਰਹੀ ਹੈ ਮੈਨੂੰ ਤਾਂ ਸਮਝ ਨਹੀਂ ਆਈ ਕਿ ਐਨ ਟ੍ਰੇਸ ਕਰਨ ਦੀ ਕੋਈ ਗੱਲਬਾਤ ਕੀਤੀ ਸੀਗੀ ਮੈਂ ਇਹ ਕਰ ਦਰਾਂ ਮੈਂ ਕਿਹਾ ਮੇਰੇ ਕੋਲ ਫੋਨ ਹੈ ਹੁਣ ਵੀ ਕਾਲ ਆ ਰਹੀ ਹੈ ਕਰ ਲੋ ਫੋਰੈਂਸਿਕ ਕਰ ਲੋ ਮੈਸੇਜ ਕਰ ਰਹੇ ਉਹਨੇ ਕੀ ਕੀ ਜਿਹੜੇ ਕਾਲਿੰਗ ਆ ਰਹੇ ਸੀਗੀ ਇਹ ਮੈਸੇਜ ਵੀ ਆ ਰਹੇ ਆ ਅਕਾਊਂਟ ਆ ਰਹੇ ਆ ਜਿਦਾ ਇੰਟਰਨੈਸ਼ਨਲ ਰਸੀਪਤ ਦਿੱਤੀ ਹੈ ਕਿ ਤੁਹਾਡੇ ਅਕਾਊਂਟ ਚ ਪੈਸੇ ਭੇਜ ਗਏ ਚਲੇ ਗਏ ਆ ਕੁਝ ਸਪੈਨਿਸ਼ ਵਰਡਸ ਐ ਪਲੱਸ 48 ਨੰਬਰ ਹੈ ਵਿਚ ਇਜ਼ ਅ ਪੋਲੈਂਡ ਨੰਬਰ ਹੁਣ ਇਹਨਾਂ ਨੂੰ ਨਹੀਂ ਪਤਾ ਸੀ ਮੈਂ ਤਾਂ ਪਲੱਸ 48 ਇਜ਼ ਪੋਲੈਂਡ ਨੰਬਰ ਇਹਨਾਂ ਨੂੰ ਜਿਹੜੇ ਕੈਨੇਡਾ ਤੋਂ ਆਇਆ ਹੈ ਫੋਨ ਜਿਹੜਾ ਰਾਗਵ ਜਿਹੜੇ ਦੋਤਾ ਹੈ ਉਹ ਹੈ ਕੈਨੇਡਾ ਪਰ ਨਾਮ ਲੱਤੇ ਅੰਦਾ ਵੀ ਮੈਂ ਰਾਗਵ ਐ ਤੇ ਉਹ ਪਲੱਸ 4 ਨੰਬਰ ਤੋਂ ਆਉਂਦਾ 48 ਪਲੱਸ 48 ਤੋਂ ਫੋਨ ਨੰਬਰ ਆਉਂਦਾ ਉਸ ਤੋਂ ਬਾਅਦ ਨੈਸ਼ਨਲ ਨੰਬਰਸ ਵੀ ਯੂਜ਼ ਹੁੰਦੇ ਆ ਮਲਟੀਪਲ ਨੰਬਰ ਵੀ ਯੂਜ਼ ਹੁੰਦੇ ਆ ਸਾਰੇ ਨੰਬਰ ਸਾਈਬਰ ਸੈੱਲ ਨੂੰ ਵੀ ਦਿੱਤੇ ਉਹਨਾਂ ਨੂੰ ਸਾਰੇ ਲੌਗਸ ਵੀ ਦਿੱਤੇ ਮਿਸਡ ਕਾਲਸ ਬਹੁਤ ਐ 25 25 ਤੀਤੀ ਕਾਲ ਆ ਲੀਆਂ ਦਿੰਦੀਆਂ ਤੁਸੀਂ ਗਏ ਨਹੀਂ ਤੁਸੀਂ ਗਏ ਨਹੀਂ ਮਹਾਰਾਜ ਤੁਹਾਡਾ एहसान ਤਾਂ ਭੁੱਲਣਾ ਨਹੀਂ ਉਹ ਤਾਂ ਮਰ ਜਾਣਾ ਇਹਨਾਂ ਨੇ ਇਹ ਹੋ ਜਾਣਾ ਸਾਰੀ ਈਮੋਸ਼ਨਲ ਬਲੈਕਮੇਲਿੰਗ ਸਾਰੀ ਲੰਬੀ ਚੌੜੀ ਕਹਾਣੀ ਜਿਹੜੀ ਦਿਮਾਗ ਖਰਾਬ ਕਰਨ ਲਈ ਬੰਦੇ ਕਿਤੇ ਮਿੱਠੀ ਮਿੱਠੀ ਗੱਲਾਂ ਕਰਕੇ ਇਹ ਫਸਾਇਆ ਗਿਆ ਤੇ ਬਲੈਕਮੇਲ ਕੀਤਾ ਗਿਆ ਜਿਸ ਦੇ ਕਾਰਨ ट्रांजੈਕਸ਼ਨ 10 ਲੱਖ ਦੇ ਕਰੀਬ ਕੀਤੀ ਗਈ ਹੈ ਸਰ ਜਦੋਂ ਇਹ ਪੂਰਾ ਕੁਝ ਹੋ ਰਿਹਾ ਸੀਗਾ ਜਦੋਂ ਪਤਾ ਚੱਲੇ ਵੀ ਹਾਂ ਉਹ ਇਹ ਚੀਜ਼ ਫਰੋਡ ਹੋ ਚੁੱਕਿਆ ਆ ਜੋ ਗੱਲ ਕੀਤੀ ਜਿਹੜੇ ਰਾਗਵ ਸੀ ਜਿਹੜਾ ਦੋਤਾ ਤੁਹਾਡਾ ਜਿਹੜਾ ਕੈਨੇਡਾ ਬੈਠਾ ਹੈ ਯਾ ਸਿਸਟਰ ਹਾਂ ਰਿਸ਼ਬ ਰਿਸ਼ਮ ਨਾਲ ਗੱਲਬਾਤ ਕੀਤੀ ਉਹਨਾਂ ਇਸ ਮਦਰ ਦੇ ਨਾਲ ਉਹ ਹਾਂ ਉਹ ਉਸ ਨੈਕਸਟ ਡੇ ਜਦੋਂ ਲਾਸਟ 4 ਲੱਖ ਦੀ ਐਡੀਸ਼ਨਲ ਡਿਮਾਂਡ ਆਈ ਸੀ ਇਹਨਾਂ ਨੇ ਬੇਟੀ ਨੂੰ ਤੇ ਮੈਨੂੰ ਇਮੀਡੀਏਟਲੀ ਬੈਕ ਟੂ ਬੈਕ ਫੋਨ ਕਰਤਾ ਕਿ ਵੀ ਉਹਨਾਂ ਨੂੰ ਪੁੱਛਣ ਲਈ ਕਿ ਇਦਾਂ ਦੀ ਗੱਲ ਹੈ ਤਾਂ ਸਿਸਟਰ ਨੇ ਕਿਹਾ ਕਿ ਨਹੀਂ ਇਦਾਂ ਦੀ ਤਾਂ ਕੋਈ ਗੱਲ ਨਹੀਂ ਤੁਹਾਡੀ ਕਿਸੇ ਨਾਲ ਗਲਤ ਨਹੀਂ ਹੋਈ ਇਹ ਰਿਸ਼ਮ ਨਾਲ ਗੱਲ ਹੋਈ ਹੈ ਇਹ ਕਹਿੰਦੇ ਹਾਂ ਹੋਈ ਹੈ ਤੇ ਉਹ ਤੇ ਕਹਿ ਰਿਹਾ ਕਿ ਮੈਨੂੰ ਕਿਸੇ ਦੋਸਤ ਨੂੰ ਪੈਸੇ ਦੀ ਲੋੜ ਹੈ ਤੇ ਉਹਨੇ ਕਿਹਾ ਨਹੀਂ ਬਿਲਕੁਲ ਨਾ ਕਰਨਾ ਕੁਝ ਨਾ ਕਰਨਾ ਇਹ ਫਰੋਡ ਲੱਗਦਾ ਪਰ ਤਦ ਤੱਕ ਤਾਂ ਫਰੋਡ ਹੋ ਚੁੱਕਾ ਸੀ ਤਾਂ ਕਿੰਨਾ ਕਿਤੇ 10 ਲੱਖ ਦਾ ਫਰੋਡ ਹੋਇਆ ਹੈ ਇੰਡੀਆ ਭਾਰਤ ਦੇ ਵਿੱਚ ਕੀ ਹੁੰਦਾ ਦਰਸਲ ਅੱਜ ਕੱਲ ਆਨਲਾਈਨ ਦਾ ਠੱਗੀ ਧੋਰੀ ਦੇ ਮਾਮਲੇ ਕਾਫੀ ਸਾਹਮਣੇ ਆਉਂਦੇ ਨੇ ਪਹਿਲਾਂ ਜੇਕਰ ਪਹਿਲਾਂ ਇਹ ਗੱਲ ਕੀਤੀ ਹੈ ਤਾਂ ਕਹਿੰਦੇ ਸੀ ਕਿ ਵੀ ਫੋਨ ਆਉਂਦਾ ਹੈ ਬੈਂਕਾਂ ਦਾ ਬਣ ਕੇ ਫੋਨ ਆਉਂਦਾ ਹੈ ਏਟੀਐਮ ਨੰਬਰ ਮੰਗਦੇ ਨੇ ਤੇ ਜਿਸ ਸੁਬਤ ਸਾਰੀ ਇਹ ਫਰੋਡ ਕੀਤਾ ਜਾਂਦਾ ਪਰ ਹੁਣ ਹੁਣ ਤੇ ਚੇਂਜ ਹੋ ਚੁੱਕਿਆ ਹੈ ਹੁਣ ਮੈਥਡ ਤੇ ਟੈਕਨੀਕ ਚੇਂਜ ਕਰਦੇ ਨੇ ਬਟ ਫਰੋਡ ਸੇਮ ਹੈ ਹੁਣ ਇਹ ਕੀ ਕਰਦੇ ਨੇ ਰਿਸ਼ਤੇਦਾਰ ਬੰਦੇ ਨੇ ਫੇਸਬੁਕ ਤੋਂ ਇੱਕ ਦੂਜੇ ਨੂੰ ਪਹਿਲਾਂ ਟਾਈਪ ਕਰਦੇ ਨੇ ਫੇਸਬੁਕ ਤੇ ਦੇਖਦੇ ਨੇ ਰਿਸ਼ਤੇਦਾਰੀ ਬੰਦੀ ਜਿਸ ਤਰ੍ਹਾਂ ਇਹਨਾਂ ਨੇ ਦੱਸੇ ਵੀ ਕਿਸ ਤਰ੍ਹਾਂ ਨਾਮ ਲੱਤਾ ਜਾਂਦਾ ਹੈ राघव ਦੇ ਦੋ ਤਿਆਂ ਨਾਮ ਲੱਤੇ ਜਾਂਦਾ ਉਸ ਤੋਂ ਬਾਅਦ ਗੱਲ ਕੀਤੀ ਨੇ ਬਲੈਕਮੇਲ ਕੀਤਾ ਜਾਂਦਾ ਹੈ ਅ ਨੈਕਸਸ ਦੇ ਵਿੱਚ ਪੂਰਾ ਆ ਟਰੈਪ ਬਿਚਾਇਆ ਜਾਂਦਾ ਹੈ ਜਿਸ ਤੋਂ ਬਾਅਦ ਇੱਕ ਆਮ ਜਿਹੜਾ ਲੋਕ ਆ ਆਮ ਜਿਹੜਾ ਬੰਦਾ ਹੈ ਉਹ ਮਿੱਠੀ ਗੱਲਾਂ 'ਚ ਆ ਕੇ ਇਹ ਜੀ ਗਲਤੀ ਕਰ ਬੈਠਦਾ ਹੈ ਤਾਂ ਅਸੀਂ ਆਮ ਜਿਹੜੀ ਜਨਤਾ ਨੂੰ ਇੱਕ ਵਾਰੀ ਆ ਮੈਸੇਜ ਨੂੰ ਦਵਾਂਗੇ ਵੀ ਇਸ ਤਰ੍ਹਾਂ ਦੇ ਠੱਗੀ ਥੋਰੀ ਤੋਂ ਬਚੋ ਜੇ ਫੋਨ ਆਂਦਾ ਹੈ ਪਹਿਲਾਂ ਤਾਂ ਗੱਲ ਤਾਂ ਜੇ ਇਹ ਜੀ ਕੋਈ ਗੱਲ ਹੁੰਦੀ ਹੈ ਤਾਂ ਨਾਲ ਦੇ ਪਹਿਲਾਂ ਉਸ ਦੀ ਜਾਂਚ ਪੜਤਾਲ ਕਰਨੀ ਜ਼ਰੂਰੀ ਹੈ ਜਾਂਚ ਪੜਤਾਲ ਕੀਤੀ ਜਾਵੇ ਜੇ ਕੁਝ ਹੁੰਦਾ ਵੀ ਹੈ ਜੇ ट्रांजैक्शन ਤਾਂ ਪਹਿਲਾਂ ਸਾਈਬਰ ਸੈੱਲ ਜਾਂ ਪੁਲਿਸ ਦੇ ਕੋਲ ਜਾਓ ਕਿਉਂਕਿ ਇਹ ਜੀ ਜਿਹੜੀ ਠੱਗੀ ਠੋਰੀ ਹੈ ਇਹ ਘਰ-ਘਰ ਦੇ ਦੇਖਣ ਨੂੰ ਮਿਲਦੀ ਹੈ ਤੇ ਅੱਜ ਇੰਡੀਆ ਦੇ ਵਿੱਚ ਵੀ ਇਹ ਚੀਜ਼ਾਂ ਦੇਖਣ ਨੂੰ ਮਿਲ ਰਹੀ ਹੈ ਮੋਹਾਲੀ ਦੇ ਵਿੱਚ ਵੀ ਇਸ ਪਰਿਵਾਰ ਨਾਲ ਬੀਤੇ ਕਿਉਂਕਿ ट्रांजैक्शन 10 ਲੱਖ ਦੀ ਅਮਾਉਂਟ ਛੋਟੀ ਹੁੰਦੀ ਪਰ ਜਿਸ ਤਰ੍ਹਾਂ ਠੱਗੀ ਹੋਈ ਹੈ ਇਹ ਬਹੁਤ ਹੀ ਨਿੰਦਣਯੋਗ ਹੈ ਬਹੁਤ ਹੀ ਗਲਤ ਹੈ ਮਹਾਲੀਤ ਹਾਂ ਜੀ ਮੈਂ ਮੈਂ ਪੰਜਾਬ ਤੱਕ ਤੇ ਅਜ ਤੱਕ ਦੇ ਥਰੂ ਇਹ ਮੈਸੇਜ ਵੀ ਦੇਣਾ ਚਾਹਣਾ ਇਨ ਜਨਰਲ ਅਵੇਅਰਨੈਸ ਤਾਂ ਹੈ ਹੀ ਹੈ ਬਟ ਮੇਰੀ ਇਹ ਰਿਕੁਐਸਟ ਹੈ ਸਾਈਬਰ ਸੈਲਨ ਪੁਲਿਸ ਵਾਲੇ ਨੂੰ ਕਿ ਹਰ ਵਾਰੀ ਅਸੀਂ ਫਾਲੋਅ ਅਪ ਤੇ ਫਾਲੋਅ ਅਪ ਤੇ ਫਾਲੋਅ ਅਪ ਕਰੀ ਜਾ ਰਹੇ ਹਾਂ ਕੋਈ ਅਪਡੇਟ ਤਾਂ ਦਿਓ ਸਾਨੂੰ ਬੁਲਾ ਕੇ ਦੱਸ ਦਿਓ ਫੋਨ ਕਰਕੇ ਦੱਸ ਦਿਓ ਕੁਝ ਹੋਰ ਦੱਸ ਦਿਓ ਜਾਂ ਤੁਸੀਂ ਇਹ ਐਕਸਪੈਕਟ ਕਰਦੇ ਹੋ ਕਿ 83 ইয়ার্স ਦਾ ਬਜ਼ੁਰਗ ਦਿਨ ਚ 10 ਚੱਕਰ ਮਾਰੇ ਪੁਲਿਸ ਸਟੇਸ਼ਨ ਤੇ ਸਿਰਫ ਅਪਡੇਟ ਤੇ ਦਿਓ ਨਾ ਹੀ ਕਰ ਦਿਓ ਕੁਸ਼ਤੇ ਕਰੋ ਕੋਈ ਕੋਈ ਵੀ ਖਬਰ ਅਪਡੇਟ ਨਹੀਂ ਆ ਰਹੀ ਹੈ ਅੱਜ ਕਿੰਨੇ 7 ਦਿਨ ਹੋ ਗਏ 19 20 ਤਰੀਕ ਦੀ ਗੱਲ ਹੈ ਅੱਜ ਅਸੀਂ 28 29 28 ਤਰੀਕ ਬਕਿਤਨ ਕਿਤੇ ਹੈਲਪਲੈਸ ਵੀ ਨਜ਼ਰ ਆਉਂਦੇ ਆ ਜਿਸ ਤਰ੍ਹਾਂ ਫਰੋਡ ਇਹਨਾਂ ਨਾਲ ਹੋਇਆ ਹਾਲ ਹੀ ਤੋਂ ਅਭਿਸ਼ੇਕ ਮੈਨੂੰ ਦੀ ਰਿਪੋਰਟ ਪੰਜਾਬ ਤੱਕ